ਸੋਹਣੀ ਮਿਊਜ਼ਿਕ ਤੈਨੂੰ ਮੰਗਿਆ ਮੈਂ ਰੱਬ ਕੋਲੋਂ ਨੀ ਲਕੋ ਕੇ ਰੱਖਾਂ ਸਭ ਕੋਲੋਂ ਨੀ ਮੰਗਿਆ ਮੈਂ ਰੱਬ ਕੋਲੋਂ ਨੀ ਲਕੋ ਕੇ ਰੱਖਾਂ ਸਭ ਕੋਲੋਂ ਨੀ ਤੂੰ ਦੇਖੇ ਦਿਲ ਦਾ ਹਾਲ ਮੇਰਾ ਤੈਨੂੰ ਮੰਗਿਆ ਮੈਂ ਰੱਬ ਕੋਲੋਂ ਨੀ ਮੇਰੀ ਤੂੰ ਜ਼ੁਬਾਨ ਦੀ ਕਦਰ ਨਾ ਜਾਣੀ ਵੱਜੀ ਸੱਟ ਦੀ ਜੋ ਪੀੜ ਹੁਣ ਚਿਹਰ ਨੂੰ ਆ ਜਾਣੀ ਉਹ ਜ਼ੁਲਫਾਂ ਨੂੰ ਰੱਖ ਸਭ ਕੇ ਬਗਾਨਿਆਂ ਦੇ ਜੱਬ ਕੋਲੋਂ ਨੀ ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ ਤੈਨੂੰ ਮੰਗਿਆ ਮੈਂ ਰੱਬ ਕੋਲੋਂ ਲਕੋ ਕੇ ਰੱਖਾਂ ਸਭ ਕੋਲੋਂ ਤੈਨੂੰ ਮੰਗਿਆ ਮੈਂ ਰੱਬ ਕੋਲੋਂ ਲਕੋ ਕੇ ਰੱਖਾਂ ਸਭ ਕੋਲੋਂ ਕਿਤੇ ਮਿਲਦੇ ਜੇ ਕੱਲੀ ਤੈਨੂੰ ਹਾਲ ਮੈਂ ਸੁਣਾਵਾਂ ਦਿਨ ਰਾਤ ਤੇਰੇ ਬਸ ਖਾਬ ਬੁਣੀ ਜਾਵਾਂ ਤੈਨੂੰ ਰੱਬ ਕੋਲੋਂ ਮੰਗਾ ਬਸ ਕਰਾਂ ਮੈਂ ਦਵਾਵਾਂ ਕਿਤੇ ਬਣ ਜੇ ਜੇ ਮੇਰੀ ਸਭ ਤੇਰੇ ਲਿਖੇ ਲਾਵਾਂ ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ ਤੈਨੂੰ ਮੰਗਿਆ ਮੈਂ ਰੱਬ ਕੋਲੋਂ ਨੀ ਲਕੋ ਕੇ ਰੱਖਾਂ ਜੱਗ ਕੋਲੋਂ ਨੀ ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ ਤੈਨੂੰ ਮੰਗਿਆ ਮੈਂ ਰੱਬ ਕੋਲੋਂ ਨੀ ਲਕੋ ਕੇ ਰੱਖਾਂ ਜੱਗ ਕੋਲੋਂ ਨੀ ਤਾਂ ਕਿ ਆਪਾਂ ਦੇਖ ਸਕਦੇ ਹਾਂ ਬਿਲਕੁਲ ਬੇਸਿਕ ਜਿੰਮ ਆ ਕੋਈ ਫੈਂਸੀ ਜਿੰਮ ਨਹੀਂ ਹੈਗੀ ਤਾਂ ਵੀ ਬਾਈ ਸਰੀਰ ਬਣਾਈ ਫਿਰਦਾ ਔਰ ਜੇ ਤੁਸੀਂ ਬਾਈ ਦੀ ਹਾਲਤ ਘਰ ਦੀ ਦੇਖ ਲਓ ਬਾਈ ਦੀ ਗਰੀਬੀ ਦੇਖ ਲਓ ਜੇ ਤੁਸੀਂ ਇਸ ਵੇਲੇ ਤੁਸੀਂ ਕਹੋਗੇ ਵੀ ਰੋਟੀ ਕਿਵੇਂ ਖਾਂਦਾ ਹਾਂ ਪਰ ਇਹ ਗੱਲ ਸਾਲੀ ਪੈਸੇ ਦੀ ਵੀ ਨਹੀਂ ਹੁੰਦੀ ਜਿੰਨੀ ਪੈਸ਼ਨ ਦੀ ਹੁੰਦੀ ਆ ਬਾਈ ਨੂੰ ਸਰੀਰ ਬਣਾਉਣ ਦਾ ਪੈਸੇ ਨਾਲ ਵਿਅੰਤ ਖੜਾਉਣਾ ਕਬੱਡੀ ਵੀ ਖੇਡਦਾ ਰਿਹਾ ਮੁੰਡਾ ਪੁਰਾਣੇ ਟਾਈਮ 'ਚ ਪਰ ਸੱਚੀ ਗੱਲ ਇਹ ਵੀ ਬੰਦਾ ਦੋ ਡੰਬਲਾਂ ਦੀਆਂ ਜੋੜੀਆਂ ਨਾਲ ਵੀ ਸਰੀਰ ਬਣਾ ਸਕਦਾ ਫੈਂਸੀ ਜਿੰਮਾਂ ਦੀ ਲੋੜ ਨਹੀਂ ਹੁੰਦੀ ਸਰੀਰ ਬਣਾਉਣ ਨੂੰ ਲੋਕਾਂ ਨੇ ਅਖਾੜਿਆਂ 'ਚ ਹਾਂ ਦਿਲ 'ਚ ਅਰਮਾਨ ਚਾਹੀਦਾ ਪੈਸੇ ਦੀ ਵੀ ਲੋੜ ਨਹੀਂ ਹੁੰਦੀ ਸਰੀਰ ਬਣਾਉਣ ਵਾਸਤੇ ਕਿਉਂਕਿ ਲੋਕ ਕਹਿੰਦੇ ਨੇ ਵੀ ਪੈਸਾ ਦੇਖ ਬਾਈ ਦਾ ਕਰਜ਼ਾ ਦੇਖੋ ਜੇ ਤੁਸੀਂ ਹਾਂ ਵੀ ਪੈਸੇ ਦੀ ਗੱਲ ਛੱਡ ਕਹਿੰਦਾ ਤੂੰ ਕਰਜ਼ਾ ਦੇਖ ਬਾਈ ਦੇ ਘਰ ਦੇ ਹਾਲਤ ਐਸੇ ਨੇ ਵੀ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ 6 ਮਹੀਨੇ ਹੋ ਗਏ ਬਿਜਲੀ ਵੀ ਕੱਟੀ ਹੋਈ ਆ ਘਰੇ ਲਾਈਟ ਨਹੀਂ ਆਉਂਦੀ ਹਨੇਰੇ 'ਚ ਸੌਂਦੇ ਨੇ